अभी सुन रहे हो चावला न्यूज नेटवर्क टोरंटो CNN टोरंटो। सुखमान जी वेलकम, स्वागत एक बार फिर तो। ਤੁਸੀਂ ਆਡੀਓ ਵੀ ਸੁਣ ਲਿਆ, ਵੀਡੀਓ ਵੀ ਤੁਹਾਡੇ ਤੱਕ ਹੈ, ਕੀ ਪ੍ਰਤੀਕਰਮ ਦੇਣਾ ਚਾਹੋਗੇ ਜਿਹੜੇ ਤੁਹਾਡੇ ਨਾਲ ਸ਼ਾਮਿਲ? ਹੁਣੇ ਕਰੰਟ ਨਿਊਜ਼ ਹੀ ਹੈ, ਕਿਉਂਕਿ ਮੈਨੂੰ ਤਾਂ ਅੱਜ ਹੀ ਹੁਣੇ ਰਾਈਟ ਨੂੰ ਹੀ ਪਤਾ ਲੱਗਿਆ ਬਾਹਰੋਂ ਵੀ ਤੁਹਾਡੇ ਨਾਂ ਜਿਹੜੇ ਨੋਮੀਨੇਟ ਹੋ ਗਏ, ਪਰ ਅਸੀਂ ਤਾਂ ਕਦੇ ਕੋਈ ਨਾ ਸਾਨੂੰ ਕਦੇ ਪੁਲਿਸ ਦੀ ਕਾਲ ਆਈ ਹੈ ਨਾ ਕੋਈ FIR ਦਾ ਪਤਾ। ਸੋ ਐਨੀਵੇ ਹੁਣ ਜਦੋਂ ਹੀ ਕੋਈ ਪੁਲਿਸ ਦੀ ਕੋਈ ਐਕਟੀਵਿਟੀ ਹੁੰਦੀ ਹੈ, ਸਾਨੂੰ ਕੋਈ ਸਮਾਨ ਜਾਂ ਕੋਈ ਵੀ ਚੀਜ਼ ਹੁੰਦੀ ਹੈ ਉੱਤੇ ਅਸੀਂ ਆਪਣਾ ਜੋ ਵੀ ਲੀਗਲ ਐਡਵਾਈਸ ਲੈ ਕੇ ਜਿੱਦਾਂ ਵੀ ਕੰਮ ਹੋਊਗਾ ਵੀ ਵਿਲ ਵਰਕ ਵਿਦ ਦ ਪੁਲਿਸ, ਸਾਨੂੰ ਕੋਈ ਇਸ਼ੂ ਨਹੀਂ ਇਸ ਗੱਲ ਦੇ ਉੱਤੇ। ਤੇ ਸਟਿਲ ਪੂਰੇ ਕੰਫੀਡੈਂਟ ਆ ਕਿ ਆਪਾਂ ਜਦੋਂ ਕੁਛ ਕੀਤਾ ਹੀ ਨੀਗਾ ਤੇ ਆਪਾਂ ਨੂੰ ਖੁਦ ਇਹਦਾ ਕੋਈ ਇਸ਼ੂ ਨੀਗਾ ਜੀ। ਪਰ ਹਲੇ ਤੱਕ ਮੇਰੇ ਲਈ ਇਹ ਸਿਰਫ ਨਿਊਜ਼ ਆ, ਕਿਉਂਕਿ ਆਪਾਂ ਨੂੰ ਇਹਦਾ ਕੁਛ ਵੀ ਹਲੇ ਤੱਕ ਮਿਲਿਆ ਨੀ ਜੀ। ਔਰ ਵੀ ਜੀ ਇਸ ਵਕਤ ਤੁਸੀਂ ਸੁਣ ਰਹੇ ਹੋ ਰੰਗਲਾ ਪੰਜਾਬ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਤੁਸੀਂ ਸੁਖਮਾਨ ਹੁਣਾਂ ਦਾ ਪ੍ਰਤੀਕਰਮ ਲੈ ਲਿਆ ਹੈ, ਸੁਣ ਲਿਆ ਕਿ ਸਾਨੂੰ ਇਸ ਮੀਡੀਆ ਦੇ ਰਾਹੀਂ ਹੀ ਪਤਾ ਲੱਗਾ, ਰਤੇਸ਼ ਲੱਖੀ ਹੁਣਾਂ ਦੀ ਇਸ ਵੀਡੀਓ ਦੇ ਰਾਹੀਂ ਪਤਾ ਲੱਗਾ। ਪੰਜਾਬ ਪੁਲਿਸ ਨੇ ਅਜੇ ਤੱਕ ਤੁਹਾਡੇ ਨਾਲ ਕੋਈ ਵੀ ਅਪਰੋਚ ਨਹੀਂ ਕੀਤਾ, ਕੋਈ ਮੈਸੇਜ, ਕੋਈ ਫੋਨ ਕਾਲਸ, ਕੋਈ ਸੁਨੇਹਾ, ਜਾਂ ਤੁਹਾਨੂੰ ਲੱਗਾ ਹੋਵੇ ਕਿ ਤੁਸੀਂ ਇਧਰ ਉਧਰੋਂ ਕਿ ਤੁਹਾਡਾ ਨਾਮ ਜਿਹੜਾ ਜਿਵੇਂ ਲੱਖੀ ਸੀ ਕਹਿ ਰਹੇ ਨੇ ਕਿ ਕਾਫੀ ਸਮਾਂ ਪਹਿਲਾਂ ਹੀ ਤੁਹਾਨੂੰ ਇਹਦੇ ਵਿੱਚ ਸ਼ਾਮਿਲ ਕਰ ਲਿਆ ਗਿਆ, ਜਿਵੇਂ ਕਿ ਭੈਣ ਜੀ ਹੁਣਾਂ ਦੀ, ਉਹਨਾਂ ਦੀ ਧਰਮ ਪਤਨੀ ਦੀ, ਰੁਪਿੰਦਰ ਕੌਰ ਸੰਧੂ ਹੁਣਾਂ ਦੀ, ਉਹਨਾਂ ਨੂੰ ਵੀ ਸ਼ਿਕਵਾ, ਉਹਨਾਂ ਦੇ ਪਰਿਵਾਰ ਨੂੰ ਵੀ ਸ਼ਿਕਵਾ ਕਿ ਕਿੱਡਾ ਵੱਡਾ ਕਤਲ ਹੋ ਗਿਆ ਅਤੇ ਅਜੇ ਤੱਕ ਕੀ ਕਿੱਥੋਂ ਤੱਕ ਸਟੋਰੀ ਗਈ ਹੈ। ਬੜਾ ਮਤਲਬ ਗੁਪਤ ਰੱਖਿਆ ਜਾ ਰਿਹਾ ਸੀ ਇਸ ਸਾਰੇ ਘਟਨਾਕ੍ਰਮ ਨੂੰ, ਸਾਰੇ ਇਸ ਕੇਸ ਨੂੰ। ਤੁਹਾਨੂੰ ਕੋਈ ਵੀ ਮਤਲਬ ਸ਼ੱਕ ਸ਼ੁਬਾ ਹੈ ਨਹੀਂ ਸੀਗਾ ਵੀ ਸਾਡੇ ਤੇ ਕੇਸ ਦਰਜ ਹੋ ਸਕਦਾ, ਕਿਉਂਕਿ ਤੁਸੀਂ ਜਦੋਂ ਕਤਲ ਹੋਇਆ ਉਸ ਵਕਤ ਭਾਰਤ ਵਿੱਚ ਸੀ, ਪੰਜਾਬ ਦੇ ਵਿੱਚ ਸੀ? ਜੀ ਬਿਲਕੁਲ, ਮੈਂ ਆਪਣੇ ਪਰਿਵਾਰ ਨਾਲ, ਆਪਣੀ ਵਾਈਫ ਨਾਲ ਇੰਡੀਆ ਗਿਆ ਹੋਇਆ ਸੀ, ਔਰ ਮੈਂ ਤਕਰੀਬਨ 8-10 ਦਿਨ ਬਾਅਦ ਹੀ ਉੱਥੋਂ ਆਇਆ ਵਾ। ਸੋ ਨਾ ਆਪਣੇ ਮਨ ਚਿੱਤ ਸੀ ਤੇ ਨਾ ਕੋਈ, ਕਿਉਂਕਿ ਜਦੋਂ ਤੁਹਾਡਾ ਕੋਈ ਕਿਸੇ ਕੰਮ ਵਿੱਚ ਇਨਵੋਲਵਮੈਂਟ ਨਹੀਂ, ਤੁਸੀਂ ਬੇਖੌਫ ਤੁਸੀਂ ਉੱਥੇ ਰਹਿ ਸਕਦੇ ਹੋ, ਤਾਂ ਮੈਂ ਰਹਿ ਕੇ ਆਇਆ ਉੱਥੇ, ਏਦਾਂ ਦਾ ਕੋਈ ਆਪਣੇ ਇਸ਼ੂ ਨਹੀਂ ਸੀ। ਦੂਸਰਾ, ਨਾ ਮੈਨੂੰ ਕਦੇ ਕਿਸੇ ਦੀ ਕਾਲ ਆਈ ਹੈ ਜੀ, ਉਸ ਤੋਂ ਬਾਅਦ ਵੀ ਇੰਨੇ ਮਹੀਨੇ ਹੋ ਗਏ ਆ। ਮੇਰੇ ਲਈ ਇਹ ਸਿਰਫ ਤੇ ਸਿਰਫ ਸ਼ੌਕਿੰਗ ਨਿਊਜ਼ ਆ ਜੋ ਰਾਈਟ ਨੂੰ ਉੱਥੋਂ ਬਣ ਰਹੀ ਆ ਜਾਂ ਆ ਰਹੀ ਆ। ਸੋ ਇਹ ਹੁਣੇ ਆਪਾਂ ਨੂੰ ਪਤਾ ਲੱਗੀ ਹੈ ਜੀ। ਔਰ ਮੇਰੇ ਨਾਲ ਇਸ ਵਕਤ ਸਰਬਜੀਤ ਸਿੰਘ ਉਰਫ ਸ਼ਬਾ ਥਿਆੜਾ ਜੀ, ਜੋ ਨੈਸ਼ਨਲ ਕਬੱਡੀ ਫੈਡਰੇਸ਼ਨ ਵੱਲੋਂ ਜੋ ਟੂਰਨਾਮੈਂਟ ਕਰਵਾਇਆ ਗਿਆ ਸੀ ਉਹਦੇ ਮਤਲਬ ਮੁੱਖ ਸਪੌਂਸਰ ਦੇ ਵਿੱਚ ਸ਼ਾਮਿਲ ਸਨ, ਸਾਡੇ ਸਟੂਡੀਓ ਦੇ ਵਿੱਚ ਵੀ ਆਏ ਸਨ, ਉਹ ਅਮਰੀਕਾ ਦੇ ਵਿੱਚ ਸਨ, ਤੇ ਮੈਂ ਸੁਖਾ ਜੀ ਨੂੰ ਬੇਨਤੀ ਕੀਤੀ ਕਿ ਉਹਨਾਂ ਨੂੰ ਕਾਨਫਰੰਸ ਲਾਉਣ ਤੇ ਲੈ ਲਿਆ ਜਾਵੇ। ਕੋਸ਼ਿਸ਼ ਤਾਂ ਸਾਡੀ ਇਹ ਵੀ ਸੀ ਕਿ ਸਰਦਾਰ ਸੁਰਜਨ ਸਿੰਘ ਚੱਠਾ ਜੀ ਨੂੰ ਵੀ ਨਾਲ ਲੈ ਲਿਆ ਜਾਵੇ, ਪਰੰਤੂ ਉੱਥੇ ਰਾਤ ਪਈ, ਇਸ ਵਕਤ ਅਸੀਂ ਉਹਨਾਂ ਦਾ ਵਰਜਨ ਜਿਹੜਾ ਹੈ ਬਾਅਦ ਚ ਲੈ ਲਵਾਂਗੇ। ਸੋ ਚੜਾ ਸਾਹਿਬ, ਤੁਸੀਂ ਇਸ ਆਡੀਓ ਵੀਡੀਓ ਤੇ ਕੀ ਕਹਿਣਾ ਚਾਹੋਗੇ? ਤੁਹਾਡੇ ਤੇ FIR ਦਰਜ ਹੋ ਗਈ ਹੈ, ਇੱਕ ਬਹੁਤ ਵੱਡਾ ਇਲਜ਼ਾਮ ਲੱਗ ਚੁੱਕਾ ਹੈ ਤੁਹਾਡੇ ਉੱਤੇ, ਤੁਹਾਡੀ ਫੈਡਰੇਸ਼ਨ ਤੇ, ਤੁਹਾਡੇ ਖਾਸ ਤੌਰ ਤੇ ਤੁਹਾਡਾ ਨਾਮ ਜਿਹੜਾ ਹੈ ਉਹ FIR ਦੇ ਵਿੱਚ ਦਰਜ ਹੋ ਗਿਆ, ਕੀ ਕਹਿਣਾ ਚਾਹੋਗੇ? ਪਹਿਲਾਂ ਤਾਂ ਮੈਂ ਛੋਟਾ ਧੰਨਵਾਦ, ਤੁਸੀਂ ਜਿਹੜੀ ਨਿਊਜ਼ ਤੱਕ ਕੀਤੀ ਹੈ ਤਾਂ ਤੁਸੀਂ ਸਰੋਤਿਆਂ ਤਾਈਂ ਇਨਫੋਰਮੇਸ਼ਨ ਪਹੁੰਚਾਉਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ। ਜਿਹੜੀ ਸਾਨੂੰ ਤਾਂ ਇੰਨਾ ਆ ਨਾ ਮੈਨੂੰ ਕੋਈ ਨਿਊਜ਼ ਦਾ ਪਤਾ ਸੀ, ਮੈਂ ਤਾਂ ਇਸ ਐਤਵਾਰ ਹਲੇ ਇੱਥੇ ਵੈਨਕੂਵਰ ਤੋਂ ਆਇਆ, ਉੱਥੇ ਕਬੱਡੀਆਂ ਦੇ ਮੈਚ ਸੀਗੇ, ਉੱਥੋਂ ਹੋ ਕੇ ਆਏ ਹਾਂ, ਪਰ ਮੈਨੂੰ ਇਹਦੇ ਬਾਰੇ ਕੁਛ ਨੀ ਪਤਾ ਸੀਗਾ, ਪਰ ਇੰਨਾ ਹੈਗਾ। ਤੇ ਹੁਣ ਜਿਹੜੀ ਗੱਲਬਾਤ ਆਪਾਂ ਨੂੰ ਜਿਹੜੇ ਆ ਵੀਡੀਓ ਮਿਲੀ ਹੈਗੀ ਆ, ਇਹ ਮੈਂ ਆਪਣੇ ਵੱਲੋਂ ਜ਼ਰੂਰ ਜਿਹੜੀ ਇੱਥੇ ਦੀ ਅਮਰੀਕਾ ਦੀ ਫੈਡਰਲ ਬਿਊਰੋ ਏਜੰਸੀ ਆ ਉਹਨੂੰ ਫੜਦੀ ਜ਼ਰੂਰ ਕਰਤੀ ਆ, ਬਿਕਾਜ਼ ਸਾਨੂੰ ਕਿਸੇ ਨੇ ਕੁਛ ਨੀ ਦੱਸਿਆ, ਨਾ ਸਾਨੂੰ ਕੁਛ ਪਤਾ। ਬਾਕੀ ਜਿਹੜੀ ਲੋਕਲ ਇੱਥੇ ਦੀ ਅਥਾਰਟੀ ਪੁਲਿਸ ਡਿਪਾਰਟਮੈਂਟ ਵਗੈਰਾ ਹੈਗੀਆਂ, ਉਹਨਾਂ ਨੂੰ ਮੈਂ ਸਾਰੀ ਜਿੰਨੀ ਵੀਡੀਓ ਕਲਿੱਪ ਲੱਕੀ ਨੇ ਪਾਏ ਆ, ਰਤੇਸ਼ ਨੇ, ਉਹ ਮੈਡਮ ਜਿਹੜੀ ਆਪਣੇ ਸੰਦੀਪ ਨੰਗਲ ਵਾਈਫ ਦੀ ਮੈਂ ਸੁਣੀ ਆ, ਉਹ ਵੀ ਮੈਂ ਭੇਜ ਦਿੱਤੀ ਆ। ਸੋ ਆਪਾਂ ਜਿਹੜੀ ਗੱਲਬਾਤ ਹੈਗੀ ਆ ਪੁਲਿਸ ਦੀ ਕਾਰਵਾਈ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਆ, ਉਹ ਆਪਣਾ ਕੰਮ ਕਰੂਗੇ। ਤਾਂ ਮੈਂ ਅੱਗੇ ਵੀ ਹੱਥ ਜੋੜ ਕੇ ਬੇਨਤੀ ਕੀਤੀ ਆ, ਅੱਜ ਵੀ ਹੱਥ ਜੋੜ ਕੇ ਬੇਨਤੀ ਕਰਦਾ, ਪੁਲਿਸ ਦਾ ਕੰਮ ਪੁਲਿਸ ਨੂੰ ਕਰਨ ਦਿਓ। ਜਿਹੜਾ ਸੰਦੀਪ ਆ ਸਾਡਾ ਪੁੱਤ ਵੀ ਸੀ, ਸਾਡਾ ਛੋਟਾ ਭਰਾ ਵੀ ਸੀਗਾ, ਅਸੀਂ ਉਹ ਬੰਦੇ ਆ ਜਿਹਨੇ ਸੰਦੀਪ ਨੂੰ 2013 ਤੋਂ ਲੱਗ ਕੇ ਉਹਨੂੰ ਗਲੈਡੀਏਟਰ ਵੀ ਬਣਾਇਆ, ਮੋਢਿਆਂ ਤੇ ਵੀ ਚੱਕਿਆ, ਸਾਡਾ ਉਹ ਫੇਵਰਟ ਪਲੇਅਰ ਸੀਗਾ, ਸਾਨੂੰ ਇਸ ਗੱਲ ਦਾ ਪਤਾ, ਅਸੀਂ ਗੁਰੂ ਮਹਾਰਾਜ ਦੇ ਕੋਰਟ ਹਾਊਸ ਦੇ ਵਿੱਚ ਕਹਿ ਸਕਦੇ ਹਾਂ ਅਸੀਂ ਸੱਚੇ ਹਾਂ, ਅਸੀਂ ਇੱਥੇ ਅਮਰੀਕਾ ਚ ਰਹਿੰਦੇ ਹਾਂ। ਜੋ ਵੀ ਗਾਹਾਂ ਪੁਲਿਸ ਕਾਰਵਾਈ ਕਰੂਗੀ ਉਹ ਵਾਹਿਗੁਰੂ ਜਾਣਦਾ, ਪਰ ਆਪਾਂ ਨੂੰ ਨਾ ਕੁਛ ਪਤਾ ਨਾ ਕੁਛ ਆਪਾਂ ਕੀਤਾ।
जी शाबा जी, बहुत बहुत शुक्रिया। मैं सिर्फ तुहाडा वर्जन लेना चाहुंदा सी, प्रतिक्रम लेना चाहुंदा सी, क्योंकि असीं नहीं चाहुंदे कि असीं ये वीडियो दा क्लिप प्ले कर दिए जां उहदे कुछ नां जिहड़े आए ने उह जिक्र लै दिए, तो फिर तुसीं कहो साडा तां प्रतिक्रम जाणिया नहीं, मीडिया एक तरफा कार्रवाई करदा। तुसीं कहा कि साडा भरा भी सी, साडा पुत्तर भी सी, परंतु भैन जी कमलजीत कौर संधु जो विधवा है संदीप नंगल अम्मिया दी, जिन्हों दिन दिहाड़े गोलियां मार के कतल किया गया, उसका शिकवा पिछली वीडियो दे विच इसे ही रितेश लखी हुणां दे जो पत्रकार ने खोजी ने उन्हां दे विच उन्होंने शिकवा किया है कि सुखा मान भी इत्थे सी जदों संदीप का कतल हुंदा है, मेरे घर तक एक वार भी वह मेरा दुख दर्द साझा करन नहीं आए। ईवन दो सुरजन चट्ठा हुणां नूं भी उन्होंने कह के जे आउंदे ते अंकल जी मैं इन्ना कहिंदी उन्होंने कि मतलब तुहाडा दरवाजा मेरे लिए मेरा दरवाजा तुहाडे लई बंद आ, इत्थों तक नौबत ना आउंदी। सुखा जी तुसीं उत्थे सी, सुखा जी तुसीं उत्थे सी, मेरा क्वेश्चन है उस वीडियो दे विच, मैं सारी वीडियो सुनी है, उन्होंने तुहाडे ते भी ये एक किस्म का मतलब कह रहे शिकवा है कि यह कतल एडा वड्डा हो गया, तो तुसीं मतलब पहुंच कीती सी, मिलने की कोशिश कीती सी, दुख दर्द साझा करने की कोशिश कीती सी इस कतल के मामले दे विच, उन्होंने मिलने की कोशिश कीती तुसीं? मेरी सुरजन चट्ठा अंकल जी नाल गलबात हो गई, मैनूं कॉल आ गई सी जदों ही पता लग्या वी संदीप दा कतल हो गया, पर इन बिटवीन चट्ठा साहब नूं SSP दी कॉल आ गई सी वी तुसीं उत्थे नहीं जाणागा, इह गल उहनां नाल वेरीफाई तुसीं कर सकदे हो। सो सेफ्टी रीजन नूं लैके उहनां नूं रोक दित्ता गया सीगा, इस करके असीं नहीं गए। असीं जलंधर दे विच प्रैस कॉन्फ्रेंस सैकंड डे करके सारे जिन्ने इंग्लैंड की फेडरेशन सी, मैं भी सी, चट्ठा साहब भी सी, इंडिया की फेडरेशन सी, जिन्ने भी NRI गए हुए सी आनंदपुर साहब का कप करके, उत्थे सारे ने प्रेस कॉन्फ्रेंस की, मैं भी उत्थे शामिल सीगा, सब ने शोक समाचार जिन्ना भी आप दुख का प्रगटावा आप करते मीडिया चो किया। सो बाकी जिहड़ा हुण राइट नाउ जिहड़ी गलबात जिहड़ी लखी ने दो दिन पहला की है, वह भी साडे लई इक शॉकिंग न्यूज सीगी। सो जदों ही उसने वो साडे नां इस तरीके नाल उहदी वाइफ ने लए, सो साडे कोई जो बड़ी चॉइस नहीं रह गई सी, सो असी लीगल एक्शन लैण लई असी अपना लॉयर ते ला फर्म जिहड़ी आपां हायर करके उत्ते काम करना शुरू किया सी, ते आल ऑफ सडन सानू ये न्यूज़ मिली है, असी वी विल वर्क विद द पुलिस एंड जिहदे जिथे भी साडी लोड़ होगी असी उत्थे अकॉर्डिंगली काम करांगे, कोई इशू नहीं इस गल्ल दा। सो तुसी RCMP तक पहुंच करोगे जिवें वी शबा थेड़ा जी ने कहा कि उत्थों दी फेडरल एजेंसियां जिहड़ियां ने उह इहदी छानबीन करनगियां कि दुद्ध दुद्ध पानी दा पानी हो सके? मैं कहा जी 1000% आपां 30 साल इस कंट्री च रहे हां, क्लीन काम कीता जिंदगी दे विच, ते इह खेग आपां थोड़ी इस तरह खानी है जी। जी बहुत मेहरबानी। हां जी तुसीं कहना चाहुंदे शबा जी कुछ? चावला साहब मैं ऐड करनी चाहुंदा, उहनां देखो मैडम ने यह इल्जाम सुरजन अंकल जत्थे ते लाया, ठीक है वो अपना पक्ष, मैं थोनों एक कहना चाहना, मैं इस चीज का जवाब चाहना, मैनू एक शख्स जिहड़ा उहदा नाम बलजीत सिंह संधु आ, बे एरिए च रहिंदा, मैनू तां उहो ही जानदा सीगा ते जिहड़ा संदीप दे नाल धरता जां मैनू फैमिली मैंबर बारे किसी नूं जाण पछ, मैं उहनू जी दो फोन कीते, दूजे फोन दे उत्ते मैं मैसेज भी छड्या वी मैं संदीप बारे पता लेना सीगा गलबात, मैनूं इदां पता लगा। देखो आपां तां कोशिश ही कर सकदे आ, कई वारी बंदा कोई नहीं गल करनी मंगदा जां कुछ नहीं कर, आपां ट्राई जरूर कीती आ उह तों उहनां दे नाल गल करन दी, जिहड़ा आपणे उहदे मेरे को अज वी वॉइस मैसेज वी मेरे को रिकॉर्डड हैगा, मेरे को टैक्सट मैसेज वी हैगा, मैं उहनूं कीता वी मैं इस करके तुहानूं कॉल कीता, पर मैनूं उहनां दा कोई रिस्पॉन्ड नहीं आया, दर्ज हुई ने वीर सुखा मान ना मैं गल की, पहला इन्होंने बिजी होने का फोन कॉल आया कि मैं इस बारे गल करना चाहना, उन्होंने कहा कि जरूर असीं आवांगे, फिर मैं तुहाडे बारे भी उन्होंने जिक्र किया कि तुसीं वाई नट के तुसीं उन्होंने भी कॉन्फ्रेंस लाइन ते लै लो, वैसे तो चाहिए सरदार सुरजन सिंह चट्ठा उन्होंने भी सी, उन्होंने भी प्रतिक्रम लै लिया जाए, पर शॉक्ड है कि सरकार ने तुहाडा जिहड़ा जलंधर की देहाती पुलिस ने तुहानू FIR दे विच दर्ज कर लिया, अजे तक तुहानू कोई भी किसी तरह की भी कन्नों कन्नी खबर नहीं, तुसीं शॉक्ड हो और तुसीं आपो अपने तरीके नाल कह रहे हो कि RCMP तक पहुँच करांगे सुखा मान जी और तुसीं फैडरल एजेंसी अमेरिका दे नाल, सो असीं भी चाहुंदे आ कि इहदा। हाँ जी मैं एक कहूंगा ते वधिया पत्रकार होण दे खातर वधिया एसले अनाउंसर जां मीडिया कोऑर्डिनेटर होण करके जिहड़ी गल तुसीं कीती आ तुहाडा बहुत बहुत धन्नवाद, तुसीं सानूं पुछिआ, पर मैं लक्की भरा नूं जरूर कहना चाहुंदा कि किसे ते चिक्कड़ सिट्टण तों पहलां कोई गल करन तों पहलां
जरूर पक्ष पुछ लेना चाहिएगा कि शायद इतने तक गल ना भी कोई पहुंचे। जे उन्होंने सारे यही है अस अपनी जेड़ा मीडिया फॉलोइंग ये बधाई है तो लोगों के उत्ते जे पबलिक गुड फिगर जे काम करते संगत साध संगत के हो गए उन्होंने लिए तुम ओर को मीडिया के उत्तर तुम अपने पी आर पी बधाई है। सॉरी आई डोंट अग्री विद दैट पर जे किसी ने कोई गलबात सी साडा पक्ष जरूर उन्होंने पूछना चाहिए जी। सो जो सुखे भा ने गल कही आ ठीक है कार्रवाई जरूर की जाऊगी जिथे ताई पुलिस का काम आ जिथे ताई एफ बी आई का काम आ जां सी आई ए का। देखो आप कोई भी स्टोन जिहड़ा हैगा अंडर नहीं करना जे साडा ना लै सकदे कल नूं किसे होर दा भी लै सकदे। असीं इह गल जरूर चाहुंदे आ ते इहनूं किसे ना किसे तरह एंड ते लगो। मैं अज वी हाथ जोड़ के बेनती इह कर रहा सारे नूं ते इंडिया दी पुलिस डिपार्टमेंट जिहड़ी आ उह काम करदी आ उहनां नूं काम करन दिओ। बड़ा काबले गौर बयान एक छोटा जिहा लफ्ज़ जिहड़ा बड़ा वड्डा उहदे मायने ने पर तुहाडा नाम रख लिया गया रखाया गया रख लिया गया यह कहानी बाद दे विच पता लगी पर तुसीं खुला ओपन कह दिता कि असीं इत्थों दीआं फैडरल एजेंसियां जिहड़ियां ने उन्हां दे कटहरे दे विच जावांगे उन्हां दी कचहरी दे विच जावांगे भी साडे नाल इंसाफ कीता जावे। मेरे ख्याल दे विच दैट्स इनफ। बहुत बहुत शुक्रिया तुहाडा बहुत बहुत धन्नवाद समां देण लई। तुसीं सुन रहे हो चावला न्यूज़ नेटवर्क टोरंटो CNN टोरंटो।